ਸਾਡੇ ਲਈ ਅੱਜ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਜੇ ਮੈਂ ਕਹਾਂ ਇਹ ਘੜੀ ਸੁਲੱਖਣੀ ਹੈ ਕਿ ਸਾਡੇ ਵਿਚਕਾਰ ਐਸੇ ਫਨਕਾਰ ਨੇ ਜੋ ਪਿਛਲੇ ਕੁਝ 4 ਦਹਾਕਿਆਂ ਤੋਂ ਆਪਣੀ ਨਵੇਕਲੀ ਗਾਇਕੀ ਦਾ ਸਦਕਾ ਆਪਣੀ ਪਹਿਚਾਣ ਬਣਾ ਚੁੱਕੇ ਨੇ ਅਤੇ ਵਿਸ਼ਵ ਭਰ 'ਚ ਲੋਕਾਂ ਉਹਨਾਂ ਨੂੰ ਪਿਆਰ ਦਿੰਦੇ ਨੇ। ਜੀ ਹਾਂ, ਮੇਰੀ ਕਹਿਣ ਤੋਂ ਮੇਰਾ ਜਨਾਬ ਸ਼ੌਕਤ ਅਲੀ ਸਾਹਿਬ ਤੋਂ ਹੈ। ਭਾਈ ਸਾਹਿਬ, ਅੱਜ ਦੇ ਪ੍ਰੋਗਰਾਮ ਨਿੱਘੀ ਜੀ ਹੈ। ਮਾਲ ਸਾਹਿਬ, ਅੱਲਾ ਸਲਾਮਤ ਰੱਖੇ ਤੁਹਾਨੂੰ। ਤੁਹਾਡੀ ਵਜ੍ਹਾ ਨਾਲ ਅੱਜ ਮੈਂ ਆਪਣੇ ਪਿਆਰ ਕਰਨ ਵਾਲਿਆਂ ਦੇ ਸਾਹਮਣੇ ਗੱਲਬਾਤ ਕਰ ਰਿਹਾ, ਮੇਰੀ ਖੁਸ਼ਕਿਸਮਤੀ ਹੈ। ਔਰ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਉਹਨਾਂ ਨੂੰ ਹੱਥ ਬੰਨ ਕੇ ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਦੁਆਗੋ ਸ਼ੌਕਤ ਅਲੀ। ਮਿਹਰਬਾਨੀ ਸ਼ੌਕਤ ਭਾਈ ਸਾਹਿਬ, ਤੁਹਾਡੇ ਬਾਰੇ ਮੈਂ ਤਾਂ ਬਹੁਤ ਕੁਝ ਜਾਣਦਾ, ਔਰ ਤੁਹਾਡੇ ਬਾਰੇ ਮੈਂ ਆਪਣੀ ਕਿਤਾਬ 'ਚ ਵੀ ਲਿਖ ਚੁੱਕਾ। ਮੇਰੇ ਖਿਆਲ ਜਿਨ੍ਹਾਂ ਨੇ ਪੜ੍ਹੀ ਹੈ ਉਹਨਾਂ ਬਾਰੇ ਕਾਫੀ ਕੁਝ ਜਾਣ ਗਏ, ਪਰ ਅੱਜ ਮੇਰਾ ਮਨ ਬਣਦਾ ਕਿ ਫਿਰ ਵੀ ਸਾਡੇ ਪੰਜਾਬੀਆਂ ਨੂੰ ਪੜ੍ਹਨ ਦੀ ਬੜੀ ਘੋੜ ਰਹਿੰਦੀ। ਤੁਹਾਡੇ ਜੀਵਨ ਬਾਰੇ, ਤੁਹਾਡੇ ਲਿਖਣ ਦਾ ਜਿਹੜਾ ਸ਼ੌਕ ਉਹਦੇ ਬਾਰੇ, ਤੁਹਾਡੀ ਗਾਇਕੀ ਬਾਰੇ ਮੈਂ ਗੱਲਾਂ ਕਰਾਂ। ਤੋ ਆਪਾਂ ਸ਼ੁਰੂ ਕਰਦੇ ਹਾਂ ਕਿ ਜੀ, ਤੁਹਾਡਾ ਜਨਮ ਕਿਸ ਸ਼ਹਿਰ 'ਚ ਹੋਇਆ? ਲਾਹੌਰ। ਪ੍ਰੀ ਪਾਰਟੀਸ਼ਨ ਮੇਰੇ ਵਾਲਦ ਸਾਹਿਬ ਦਾ ਇੰਤਕਾਲ ਹੋ ਗਿਆ ਔਰ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਦੇਖ ਨਹੀਂ ਸਕਿਆ ਕਿਉਂਕਿ ਬਹੁਤ ਛੋਟਾ ਸਾਂ ਜੀ। ਜੀ, ਸਾਡੇ ਲਾਹੌਰ ਦੀ ਪੈਦਾਇਸ਼ ਹੈ ਜੀ, 7 ਭੈਣ ਭਰਾ। ਔਰ ਜਦੋਂ ਵਾਲਦ ਸਾਹਿਬ ਦਾ ਇੰਤਕਾਲ ਹੋਇਆ, ਸਭ ਤੋਂ ਵੱਡਾ ਜਿਹੜਾ ਬੇਟਾ ਸੀ ਉਹਨਾਂ ਦੀ ਉਮਰ 9 ਸੀ ਜੀ। ਅਤੇ ਉਹ ਇੱਕ ਦਰਦ ਕਹਾਣੀ ਸ਼ੁਰੂ ਹੋ ਜਾਂਦੀ ਹੈ ਜਿਸ ਵੇਲੇ ਮਾਂ ਦੀ ਉਮਰ 23 ਦੀ ਹੋਵੇ ਔਰ ਵਿਆਹ ਹੋ ਜਾਏ ਔਰ ਕਿੱਸਾ ਸਿਲਸਿਲਾ ਸ਼ੁਰੂ ਹੁੰਦਾ ਹੈ। ਉਹਦੇ ਵਿੱਚ ਇੱਕ ਮਾਲ ਸਾਹਿਬ ਮਹਿਰੂਮੀ ਦਾ ਸ਼ਿਕਾਰ ਹੋਇਆ ਮੈਂ ਸਟੂਡੈਂਟ ਲਾਈਫ 'ਚ ਵੀ। ਬਹਰਹਾਲ ਇਹ ਸੀ ਕਿ ਮੈਂ ਆਹਿਸਤਾ 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 ਸਕੂਲ ਦੀ ਦੁਆ ਵੀ ਖਵਾਉਣੀ, ਜਿਸ ਵੇਲੇ ਜਿਹਨੂੰ ਅਸੈਂਬਲੀ ਕਹਿੰਦੇ ਤੁਸੀਂ। ਉਹਦੇ ਬਾਅਦ ਇਸ ਤਰ੍ਹਾਂ ਵੀ ਹੋਇਆ ਕਿ ਮੈਂ 3 ਜਮਾਤ 'ਚ ਪੜ੍ਹਦਾ ਸਾਂ ਅਤੇ ਇੱਕ ਬੋਂਬੇ ਤੋਂ ਗਏ ਸਨ, ਉੱਥੇ ਡਾਇਰੈਕਟਰ ਸਨ, ਉਹਨਾਂ ਨੇ ਮੈਨੂੰ ਇੱਕ ਪਲੇਅ 'ਚ ਬੁੱਕ ਕੀਤਾ। ਤਾਂ ਫਸਟ ਅਪੀਅਰੈਂਸ ਜਿਹੜੀ ਮੇਰੀ ਹੈ ਉਹ ਐਜ਼ ਐਨ ਐਕਟਰ ਚਾਈਲਡ ਸਟਾਰ ਸੀ। ਉਹਦੇ ਵਿੱਚ ਆਗਾ ਹਸ਼ਰ ਮਰਹੂਮ ਦਾ ਪਲੇਅ ਸੀ, ਸੈਦੇ ਹਵਸ, ਬੜਾ ਮਸ਼ਹੂਰ ਉਹਨਾਂ ਦਾ ਡਰਾਮਾ। ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਕਿ ਆਗਾ ਹਸ਼ਰ ਮਰਹੂਮ ਦੇ ਡਰਾਮਿਆਂ ਦੇ ਵਿੱਚ ਮਿਊਜ਼ਿਕ ਬੜਾ ਹੁੰਦਾ ਹੈ ਜੀ, ਉਹਨਾਂ ਦੇ ਵਿੱਚ ਥੀਏਟਰ ਦੀ ਗਾਇਕੀ 'ਚ। ਉਹਦੇ ਵਿੱਚ ਮੈਂ ਕੁਛ ਗਾਇਆ ਵੀ ਅਤੇ ਉਹ ਲੋਕਾਂ ਨੂੰ ਬੜਾ ਪਸੰਦ ਆਇਆ, ਬਲਕਿ ਕਿ ਕੁਛ ਗਾਣੇ ਸਨ ਬੱਚੇ ਦੇ ਗਾਏ। ਉਸ ਦੇ ਬਾਅਦ ਇਸ ਤਰ੍ਹਾਂ ਸਿਲਸਿਲਾ ਸ਼ੁਰੂ ਆਇਆ। ਫਿਰ ਮੈਂ ਜਿਸ ਵੇਲੇ ਸਕੂਲ ਵਿੱਚ, ਸਕੂਲ ਦੀ ਪਹਿਲੀ ਜਿਹੜੀ ਮੇਰੀ ਐਪਰੀਸੀਏਸ਼ਨ ਹੈ ਉਹ ਬੜੀ ਮਜ਼ੇਦਾਰ ਹੈ, ਉਹ ਮੈਂ ਪੇਸ਼ ਕਰਨਾ। ਉਹ ਇਸ ਤਰ੍ਹਾਂ ਹੈ ਕਿ ਅਸੀਂ ਜਿਸ ਵਕਤ ਪ੍ਰਮੋਟ ਹੋਏ 6ਵੀਂ ਤੋਂ 7ਵੀਂ ਤੱਕ, ਤਾਂ ਮੈਂ ਕਿਹਾ ਯਾਰ ਰਲ ਕੇ ਅਤੇ ਕੁਛ ਪੈਸੇ ਪਾ ਕੇ ਅਤੇ ਇੱਕ ਹਾਰ ਬਣਾ ਕੇ ਅਤੇ ਮਾਸਟਰ ਸਾਹਿਬ ਦੇ ਗੱਲ 'ਚ ਪਾਉਂਦੇ ਹਾਂ। ਅਤੇ ਮੁੰਡਿਆਂ ਨੇ ਕਿਹਾ ਜੀ ਗਾਣਾ ਸੁਣਾਓ। ਅੱਛਾ, ਮੈਂ ਡੈਸਕ ਵਜਾ ਕੇ ਮੈਂ ਗਾਣਾ ਗਾਇਆ। ਯਾਦ ਹੈ ਕੀ ਬੋਲ ਸੀ? ਉਹ ਇੱਕ ਪੈਸਾ ਦੇ ਦੇ ਓ ਬਾਬੂ ਓ ਜਾਣੇ ਵਾਲੇ ਬਾਬੂ ਇੱਕ ਪੈਸਾ ਦੇ ਦੇ। ਰਵੀ ਸਾਹਿਬ ਦਾ ਗਾਣਾ ਸੀ ਉਹ, ਮੈਨੂੰ ਉਹ ਮੈਂ ਕਲਾਸ ਨੂੰ ਸੁਣਾਇਆ। ਮੈਂ ਪੈਸੇ ਇਕੱਠੇ ਕੀਤੇ ਅਤੇ ਇੰਨੇ 'ਚ ਪਤਾ ਲੱਗਾ ਹੈਡ ਮਾਸਟਰ ਸਾਹਿਬ ਦੇ ਕਮਰੇ ਤੱਕ ਆਵਾਜ਼ ਚਲੀ ਗਈ। ਉਹਨਾਂ ਨੇ ਕਿਹਾ ਇਹ ਕੀ ਹੋ ਰਿਹਾ? ਉਹਨਾਂ ਨੇ ਕਿਹਾ ਜੀ ਸ਼ੌਕਤ ਅਲੀ ਕਲਾਸ 'ਚ ਗਾ ਰਿਹਾ। ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢਿਆ, ਕੰਨ ਫੜਾਏ ਔਰ ਸਾਰਿਆਂ ਨੂੰ ਜਨਾਬ 4 ਸੋਟੀਆਂ ਪਈਆਂ। ਇਹ ਮੈਨੂੰ ਪਹਿਲੀ ਸ਼ਾਬਾਸ਼ ਮਿਲਦੀ ਸਕੂਲ 'ਚੋਂ। ਸ਼ੌਕਤ ਸਾਹਿਬ, ਮੈਨੂੰ ਇਹ ਪਤਾ ਕਿ ਤੁਹਾਡੇ ਜਿਹੜੇ ਨਾਨਕਾ ਸਾਈਡ, ਉੱਥੇ ਗਾਇਕੀ ਦਾ ਕਿਸੇ ਵੇਲੇ ਕੋਈ ਇਨਵੋਲਵਮੈਂਟ ਸੀਗੀ? ਹਾਂਜੀ ਹਾਂਜੀ, ਮੈਂ ਗੁਜ਼ਾਰਿਸ਼ ਕਰਨਾ ਵਾਂ ਕਿ ਇੱਕ ਪੰਜਾਬ ਦਾ ਘਰਾਨਾ ਜੀ ਮੇਰਾ ਔਰ ਮੇਰੇ ਨਾਨਾ ਜੀ, ਮੇਰੇ ਮਾਮੂ ਔਰ ਬੜੇ ਨਾਮਵਰ ਹੋਏ ਨੇ ਉਹਨਾਂ ਦਾ। ਜਦੋਂ ਜਾਰਜ 5 ਦੀ ਤਾਜਪੋਸ਼ੀ ਹੋਈ ਹੈ ਅਤੇ ਉਹ ਦੇ ਵਰ ਸਪੈਸ਼ਲੀ ਇਨਵਾਈਟਿਡ ਫਰੋਮ ਕੰਗ ਚੰਨਣ, ਜ਼ਿਲ੍ਹਾ ਗੁਜਰਾਤ ਦੇ ਵਿੱਚ ਜਗ੍ਹਾ 'ਚ। ਉਹ ਫਿਰ ਉਹਨਾਂ ਨੇ ਉਹ ਕਲਾਸੀਕਲ, ਸੈਮੀ ਕਲਾਸੀਕਲ ਔਰ ਹਰ ਫਨ ਮੌਲਾ ਸਾਨੂੰ। ਅੱਛਾ, ਕੀ ਤੁਸੀਂ ਆਪਣੀ ਫੈਮਿਲੀ ਤੋਂ ਵੀ ਕਿਸੇ ਤੋਂ ਸਿੱਖਿਆ? ਮੈਂ ਇਸ ਤਰ੍ਹਾਂ ਹੈ ਜੀ ਕਿ ਇੱਕ ਤਾਂ ਮੇਰੀ ਗੁੜਤੀ 'ਚ, ਮੇਰੀ ਗੁੜਤੀ 'ਚ ਆਉਂਦਾ ਹੈ ਕਿ ਮੇਰੀਆਂ 6-7 ਪੁਸ਼ਤਾਂ ਤੋਂ ਗਾਣਾ ਸਾਡੇ ਅੰਦਰ ਹੈ। ਮੈਂ ਫਿਰ ਇਹ ਰਾਹਬਰੀ ਜਿਹੜੀ ਲਈ ਹੈ ਮੈਂ ਆਪਣੇ ਵੱਡੇ ਭਾਅ ਜੀ ਇਨਾਇਤ ਅਲੀ ਸਾਹਿਬ ਕੋਲੋਂ ਜੀ, ਉਹਨਾਂ ਕੋਲੋਂ ਸਿੱਖਿਆ ਜੀ, ਬਾਕਾਇਦਾ ਸਿੱਖਿਆ ਅਲਹਮਦੁਲਿਲਾ। ਔਰ ਇਸੇ ਤਰ੍ਹਾਂ ਫਿਰ ਅੱਗੇ ਮੇਰੇ ਬੱਚੇ ਵੀ ਜਿਹੜੇ ਨੇ ਉਹਨਾਂ ਕੋਲੋਂ ਵੀ ਅਤੇ ਥੋੜ੍ਹਾ ਬਹੁਤ ਮੈਨੂੰ। ਬਾਕੀ ਇਹ ਹੈ ਕਿ ਮੈਂ ਸੁਣਨ ਨਾਲ ਬੜਾ ਕੁਛ ਹਾਸਿਲ ਹੁੰਦਾ ਹੈ। ਭਾਈ ਸਾਹਿਬ ਬਾਰੇ ਜਿਨ੍ਹਾਂ ਨੇ ਜ਼ਿਕਰ ਕੀਤਾ ਇਨਾਇਤ ਸਾਹਿਬ, ਇਨਾਇਤ ਸਾਹਿਬ ਲੋਕ ਉਹਨਾਂ ਦੇ ਨਾਂ ਤੋਂ ਘੱਟ ਬਾਕ ਨੇ, ਪਰ ਮੈਂ ਇਹ ਦੱਸ ਦੇਵਾਂ ਕਿ ਜਿਹੜਾ ਛੱਲਾ ਓਰੀਜਨਲ
ਉਹਨਾਂ ਅਨਾਜ ਸਾਹਿਬ ਦਾ ਗਾਇਆ ਹੈ ਜੀ। ਉਹਨਾਂ ਨੇ ਜਿਸ ਵੇਲੇ ਗਾਇਆ ਅਤੇ ਮੈਨੂੰ ਜਿਸ ਵੇਲੇ ਪਤਾ ਲੱਗਾ ਕਿ ਕੁਛ ਹੋਰ ਲੋਕ ਵੀ ਗਾ ਰਹੇ ਨੇ, ਉਹਨਾਂ ਨੇ ਮੈਨੂੰ ਦੱਸਿਆ ਬਾਅਦ 'ਚ ਜਿਸ ਵੇਲੇ, ਅਤੇ ਫਿਰ ਭਾਅ ਜੀ ਨੇ ਕਿਹਾ ਹੁਣ ਤੂੰ ਗਾ। ਫਿਰ ਮੈਂ ਗਾਇਆ ਅਤੇ ਮੇਰੇ ਬੇਜ ਸਰਕਾਰ ਮੇਰੀ ਵਾਲਦਾ ਮਰੂਮਾ ਕਹਿਣ ਲੱਗੇ ਵੇ ਅਨਾਇਤ ਇਹਨੇ ਛੱਲਾ ਤਾਂ ਬੜਾ ਸੋਨੇ ਦਾ ਬਣਾ ਦਿੱਤਾ, ਵੱਟਾਂ ਵਾਲਾ ਬਣਾ ਦਿੱਤਾ। ਉਹਨਾਂ ਨੂੰ ਪਸੰਦ ਆ, ਉਹਨਾਂ ਦੀ ਆਵਾਜ਼ ਬਹੁਤ ਦਰਦ ਸੀ, ਉਹ ਵੀ ਪਤਾ ਬਹੁਤ ਜ਼ਿਆਦਾ। ਅੱਜ ਕੱਲ੍ਹ ਵੀ ਮੈਂ ਕਿਹਾ ਪੜ੍ਹਾਉਂ ਬੱਚੇ, ਅੱਜ ਕੱਲ੍ਹ ਉਹ ਅਨਾਇਤ ਸਾਹਿਬ ਜਿਹੜੇ ਨੇ ਜੀ ਉਹ ਪਾਕਿਸਤਾਨ ਆਰਟਸ ਕੌਂਸਲ ਦੇ ਵਿੱਚ ਸਿਖਾਉਂਦੇ ਨੇ, ਮਿਊਜ਼ਿਕ ਸਿਖਾਉਂਦੇ। ਅੱਛਾ, ਤੁਸੀਂ ਮੇਰੇ ਖਿਆਲ ਲਾਹੌਰ ਤੋਂ ਕੁਛ ਚਲੇ ਸ਼ਿਫਟ ਕਰਕੇ ਚਲੇ ਗਏ ਸੀ। ਉਹ ਇਸ ਤਰ੍ਹਾਂ ਨੇ ਜੀ, ਜਦੋਂ ਅੱਬਾ ਜੀ ਫੌਤ ਹੋ ਗਏ ਤਾਂ ਫਿਰ ਅਸੀਂ ਮੇਰੇ ਦਾਦਕੇ ਸਨ ਮਲਕਵਾਲ, ਅੱਛਾ ਜ਼ਿਲ੍ਹਾ ਗੁਜਰਾਤ ਵਿੱਚ, ਅਸੀਂ ਉੱਥੇ ਚਲੇ ਗਏ। ਉੱਥੇ ਫਿਰ ਮੈਂ ਜਿਸ ਤਰ੍ਹਾਂ ਸ਼ੁਰੂ ਸਕੂਲਿੰਗ ਹੋਈ ਮੇਰੀ, ਮਗਰ ਦੁਬਾਰਾ ਫਿਰ ਲਾਹੌਰ ਹੀ ਆਪਣੀ ਜਗ੍ਹਾ 'ਤੇ ਆ ਗਏ। ਅਤੇ ਉਹ ਫਿਰ ਇਹ ਕਿ ਜੀ ਸਾਰੀ ਜ਼ਿੰਦਗੀ ਭੈਣ ਭਰਾ ਵੀ ਸਾਰੇ ਉੱਥੇ, ਔਰ ਲਾਹੌਰ ਨੇ ਬੜਾ ਕੁਛ ਦਿੱਤਾ ਬਹੁਤ। ਮੈਨੂੰ ਇਹ ਪਤਾ ਹੈ ਕਿ ਜਿਹੜਾ ਤੁਹਾਡਾ ਗਾਇਕੀ ਦਾ ਸਫ਼ਰ ਹੈ ਬੜਾ ਉਲਟਾ ਸ਼ੁਰੂ ਹੈ, ਮਾਫ਼ ਕਰਨਾ, ਉਹਦਾ ਕੋਈ ਵੇਰਵਾ ਦੇ ਦਿਓ। ਉਹ ਇਸ ਤਰ੍ਹਾਂ ਬਾਲ ਸਾਹਿਬ ਕਿ ਮੈਂ ਸਭ ਤੋਂ ਪਹਿਲਾਂ ਤਾਂ ਸਟੇਜ ਦਾ ਆਰਟਿਸਟ ਹਾਂ ਜੀ, ਸਟੇਜ 'ਤੇ ਗਾਇਆ, ਸਟੇਜ ਤੋਂ ਫਿਲਮ 'ਤੇ ਚਲਾ ਗਿਆ। ਅੱਛਾ, ਫਿਲਮ 30 ਮਾਰ ਖਾਂ ਇੱਕ ਆਈ ਸੀ, ਉਹਦੇ 'ਤੇ ਕੀ ਗੀਤ ਸੀ? ਉਹ ਇੱਕ ਹੈ ਸੀ ਕਿ ਇੱਕ ਉਸ ਪਿੰਡ ਦਾ ਰਿਵਾਜ਼ ਹੁੰਦਾ ਹੈ ਕਿ ਪੱਗ ਉਹ ਬਣੇ ਜਿਹੜਾ ਚੋਰੀ ਕਰੇ, ਇਹ ਹਿਸਾਬ ਸੀ। ਅਤੇ ਉਹਦੇ ਬੈਕਗਰਾਊਂਡ ਦੇ ਵਿੱਚ ਗਾਣਾ ਸੀ, ਪਗੜੀ ਉਤਾਰ ਚੋਰਾ ਹੋਏ ਪਗੜੀ ਉਤਾਰ ਹੋਏ। ਅਲਾਉਦੀਨ ਸਾਹਿਬ ਬਹੁਤ ਵੱਡੇ ਆਰਟਿਸਟ ਸਨ ਹਿੰਦੁਸਤਾਨ ਪਾਕਿਸਤਾਨ ਦੀ ਫਿਲਮ ਇੰਡਸਟਰੀ 'ਚ, ਉਹਨਾਂ ਨੇ ਕੰਮ ਕੀਤਾ, ਉਹਨਾਂ 'ਚੋਂ ਗਾਣਾ ਪਿਕਚਰਾਈਜ਼ ਹੋ ਗਿਆ ਅਤੇ ਉਹ ਹਿੱਟ ਹੋ ਗਿਆ। ਹਿੱਟ ਹੋ ਗਿਆ ਮਗਰ ਰੇਡੀਓ ਤੋਂ ਬੈਨ ਹੋ ਗਿਆ, ਕਿਉਂਕਿ ਉਹਦੇ ਵਿੱਚ ਇੱਕ ਸ਼ੇਰ ਸੀ, ਚੋਰਾਂ ਦੀ ਪੱਗ ਸਾਧਾਂ ਲਾ ਲਈ ਚਾਰ ਚੁਫੇਰੇ ਪੈ ਗਿਆ ਸ਼ੋਰ, ਇੱਥੇ ਐਸੀ ਅੰਨੀ ਪੈ ਗਈ ਚੋਰ ਵੀ ਕਹਿੰਦੇ ਚੋਰੋ ਚੋਰ। ਉਹ ਕੋਈ ਗਵਰਨਮੈਂਟ ਦਾ ਮਸਲਾ ਹੁੰਦਾ, ਕੋਈ ਪੋਲਿਸੀ ਦੇ ਖਿਲਾਫ ਸੀ ਇਹ ਸ਼ੇਰ, ਉਹਨਾਂ ਨੇ ਗਾਣਾ ਬੈਨ ਕਰਤਾ, ਮੈਨੂੰ ਫਿਲਮ 'ਚ ਗਾਣਾ ਦੇਣਾ ਬੰਦ ਕਰਤਾ ਉਹਨਾਂ ਨੇ। ਉਹਨੇ ਕਿਹਾ ਇਹ ਤਾਂ ਬੜਾ ਹਾਰਡ ਲੱਕ, ਇਹ ਅਨਲੱਕੀ ਆਰਟਿਸਟ ਹੈਗਾ, ਇਹ ਪਲੇਬੈਕ ਸਿੰਗਰ ਨਹੀਂ ਬਣ ਸਕਦਾ, ਪਲੇਬੈਨ ਸਿੰਗਰ ਬਣ। ਬਹਰਹਾਲ ਮੈਂ ਫਿਰ ਮਾਲ ਸਾਹਿਬ ਰਸਤਾ ਵੱਖਰਾ ਕੀਤਾ, ਰਸਤਾ ਇਹ ਵੱਖਰਾ ਕੀਤਾ ਕਿ ਮੈਂ ਫਿਰ ਗਜ਼ਲ ਵੱਲ ਆ ਗਿਆ ਜੀ। ਮੇਰੀ ਜਿਹੜੀ ਇਬਤਦਾਈ ਗਜ਼ਲ ਹੈ ਜਿਹੜੀ ਕਿ ਬਹੁਤ ਪਾਪੂਲਰ ਹੈ, ਅੱਜ ਵੀ ਉਹ ਲੋਕ ਸੁਣਦੇ ਨੇ, ਮੈਂ ਇੱਕ ਅੰਤਰਰਾਸ਼ਟਰੀ ਸੁਣਾਉਣਾ ਚਾਹੁੰਦਾ। ارشاد کیا جا تجھے کشمکش دہر سے آزاد کیا سوزے غم دیکھ مجھے وہ کرے بھی تو کن الفاظ میں جن کو تیری نگہ لطف نے برباد کیا شیر ہے مجھ کو تو ہوش نہیں تم کو خبر ہو شاید لوگ کہتے کہ تو نے مجھے برباد کیا ਕੁੜੀਆਂ ਮੁੰਡਿਆਂ 'ਚ ਬਹੁਤ ਪਾਪੂਲਰ ਹੋ ਗਈ ਰੇਡੀਓ ਤੇ, ਆਮ ਉਹਨਾਂ ਦਿਨ 'ਚ ਵੱਜਦਾ ਜੀ ਰੇਡੀਓ 'ਤੇ ਵੀ ਜੀ। ਹਾਲੇ ਤੁਸੀਂ ਕਾਲਜ ਦਿਨਾਂ ਦੀ ਇਹ ਰਿਕਾਰਡਿੰਗ ਹੋਈ ਸੀ? ਇਹ ਉਸ ਜ਼ਮਾਨੇ 'ਚ ਜੀ ਗਾਉਂਦਾ ਸਾਂ ਸਟੇਜ 'ਤੇ ਜੀ, ਅਤੇ ਬਸ ਫਿਰ ਐਸਟੈਬਲਿਸ਼ਡ ਐਜ਼ ਅ ਗਜ਼ਲ ਸਿੰਗਰ। ਉਹਦੇ ਵਿੱਚ ਫਿਰ ਮੈਂ ਸਿਰਾਜ ਔਰੰਗਾਬਾਦੀ, ਮੀਰ ਤਕੀ ਮੀਰ, ਗਾਲਿਬ, ਦਾਗ, ਮੋਮਿਨ, ਉਰਦੂ, ਇੱਥੋਂ ਤੱਕ ਕਿ ਅਲਹਮਦੁਲਿਲਾ ਮੈਨੂੰ ਫੈਜ਼ ਅਹਿਮਦ ਫੈਜ਼ ਸਾਹਿਬ ਨੇ ਇੰਨਾ ਕੁ ਪਿਆਰ ਦਿੱਤਾ ਹੈ, ਔਰ ਮੈਂ ਖੁਸ਼ਕਿਸਮਤ ਆਦਮੀ ਹਾਂ। ਫੈਜ਼ ਸਾਹਿਬ ਦਾ ਵੀ ਬਹੁਤ ਅੱਛਾ ਹੈ ਜੀ। ਫੈਜ਼ ਸਾਹਿਬ ਦੀ ਮੇਰੀ ਗਜ਼ਲ ਜਿਹੜੀ ਸੀ, ਤੇਰੇ ਗਮ ਕੋ ਜਾਂ ਕੀ ਤਲਾਸ਼ ਸੀ, ਰੇਡੀਓ ਪਾਕਿਸਤਾਨ ਲਾਹੌਰ ਸਭ ਤੋਂ ਪਹਿਲਾਂ ਜਿਹੜਾ ਰਿਕਾਰਡ ਕਰਾਇਆ ਜੀ, ਉਹ ਇਹ ਗਜ਼ਲ ਹੈ।
ਪੂਰਾ ਹੁਆ ਦਰ ਵਫਾ ਸ਼ਾਰ ਨਹੀਂ ਤੇਰੇ ਹਮ ਕੋ ਜਾਂ ਕੀ ਤਲਾਸ਼ ਥੀ ਤੇਰੇ ਜਾਨ ਸਾਰ ਚਲੇ ਗਏ ਤੇਰੀ ਰਾਹ ਮੇਂ ਕਰਤੇ ਥੇ ਸਰ ਤਲਬ ਸਰ ਰਾਹ ਗੁਜ਼ਾਰ ਚਲੇ ਗਏ ਤੇਰੇ ਕੋ ਜਾਂ ਕੀ ਤਲਾਸ਼ ਥੀ ਮੈਨੂੰ ਇਹ ਵੀ ਪਤਾ ਕਿ ਤੁਸੀਂ ਕਰਾਚੀ ਵੀ ਕੁਛ ਅਰਸਾ ਉਰਦੂ ਜ਼ਬਾਨ ਕਰਾਚੀ ਮੈਂ ਦਰਅਸਲ ਇਸ ਤਰ੍ਹਾਂ ਹੋਇਆ ਹੈ ਜੀ ਕਿ ਕਰਾਚੀ ਉਰਦੂ ਕਾਲਜ ਕਰਾਚੀ 'ਚ ਮੈਂ ਥਰਡ ਈਅਰ ਜਾ ਕੇ ਜਿਸਲੇ ਪੜ੍ਹਨਾ ਸ਼ੁਰੂ ਕੀਤਾ ਐਕਚੁਅਲ ਮੇਰਾ ਇੱਕ ਇਹ ਸੀ ਕਿ ਮੈਂ ਉਰਦੂ ਗਜ਼ਲ ਨੂੰ ਜ਼ਰਾ ਹੋਰ ਕਰੀਬ ਹੋ ਕੇ ਦੇਖਾਂ ਚੂੰਕਿ ਗਜ਼ਲ ਕਰਾਚੀ 'ਚ ਵੀ ਬਹੁਤ ਅੱਛੀ ਲਾਹੌਰ 'ਚ ਅਤੇ ਸੁਭਾਨ ਲਾ ਚੁੱਕੇ ਇਹ ਸੀ ਕਿ ਪੰਜਾਬ ਤੋਂ ਨਿਕਲ ਕੇ ਮੈਂ ਵੇਖਣਾ ਚਾਹੁੰਦਾ ਸਾਂ ਕਿ ਕੀ ਉਰਦੂ ਜ਼ਬਾਨ ਦੇ ਕੋਈ ਦੰਦ ਜ਼ਿਆਦਾ ਹੁੰਦੇ ਨੇ ਜਾਂ ਬੋਲਣ ਵਾਲਿਆਂ ਦੇ ਜਾਂ ਕੀ ਫਰਕ ਕੀ ਆਪਣੇ ਨੂੰ ਜ਼ਿਆਦਾ ਵਧੀਆ ਗਿਣਦੇ ਅਤੇ ਉਹ ਮਗਰ ਇਹ ਹੈ ਕਿ ਜਿਸ ਤਰ੍ਹਾਂ ਫਿਰ ਪੰਜਾਬ ਦੇ ਹਜ਼ਰਤ ਅਲਾਮਾ ਇਕਬਾਲ ਨੇ ਸ਼ਾਇਰੀ ਕੀਤੀ ਹੈ ਅਤੇ ਸੁਭਾਨ ਅੱਲਾ ਫੈਜ਼ ਅਹਿਮਦ ਫੈਜ਼ ਸਾਹਿਬ ਨੇ ਸਿਆਲਕੋਟ ਤੋਂ ਸਾਰਾ ਪੰਜਾਬ ਹੀ ਹੈ ਜਿਹਨਾਂ ਨੇ ਉਰਦੂ ਸਾਹਿਲ ਲੁਧਿਆਣਵੀ ਸਾਹਿਬ ਨੇ ਇਹਨਾਂ ਨੇ ਥੋੜ੍ਹੀ ਖਿਦਮਤ ਕੀਤੀ ਜੀ ਉਰਦੂ ਅਦਬ ਦੀ ਅਤੇ ਉਹ ਮੈਂ ਸਿਰਫ ਇਹ ਵੇਖਣ ਗਿਆ ਸਾਂ ਅਤੇ ਹੁਣ ਮੇਰਾ ਮਨ ਪੁੱਛਦਾ ਵੀ ਇੰਨਾ ਕੁਛ ਇੱਧਰ ਨੂੰ ਹੋਣ ਦੇ ਬਾਅਦ ਇੱਕਦਮ ਤੁਸੀਂ ਹੌਲੀ ਪੰਜਾਬੀ ਵਾਲਿਆਂ ਨੂੰ ਕਿਉਂ ਰੋਕ ਕੀਤਾ ਬੜਾ ਸੋਹਣਾ ਸਵਾਲ ਕੀਤਾ ਤੁਸੀਂ ਇਹ ਗਾਣਾ ਗਾਇਆ ਸੀ ਜੀ ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲ ਅੱਛਾ ਇਹ ਵੀ ਫਿਲਮ ਲਈ ਸੀ ਕਿ ਗੈਰ ਨਹੀਂ ਜੀ ਗੈਰ ਫਿਲਮੀ ਰੇਡੀਓ ਦਾ ਗਾਣਾ ਸੀ ਬਾਅਦ 'ਚ ਉਹਨਾਂ ਨੇ ਇਹਨੂੰ ਫਿਲਮ ਖਰੀਦ ਲਿਆ ਜਹਾਂ 'ਚ ਅਤੇ ਉਹਦੇ ਬਾਅਦ ਇੱਕ ਕਲਾਮ ਪੜ੍ਹਨਾ ਦੇਖੋ ਜੀ ਹੀਰ ਵਾਰਸ ਸ਼ਾਹ ਹੁਸੈਨ ਸਰਕਾਰ ਦਾ ਕਲਾਮ ਹੈ ਵਾਰਸ ਸ਼ਾਹ ਦਾ ਹੈ ਬਾਬੂਲੇ ਸ਼ਾਹ ਸਰਕਾਰ ਦਾ ਹੈ ਸਰਕਾਰ ਫਰੀਦ ਦਾ ਹੈ ਹਜ਼ਰਤ ਸੁਲਤਾਨ ਬਾਹੂ ਸਰਕਾਰ ਦਾ ਸਾਰਾ ਸੂਫੀ ਸੂਫੀ ਇਹ ਇੱਕ ਕਲਾਮ ਐਸਾ ਸੀ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਜਿਹੜਾ ਕਿ ਮੈਂ ਇੱਕ ਦਫ਼ਾ ਮੈਂ ਅਰਜ਼ ਕਰਨਾ ਕਿ ਏਸ਼ੀਆ 82 'ਤੇ ਮੈਂ ਦਿੱਲੀ ਗਿਆ ਅਤੇ ਅੰਮ੍ਰਿਤਾ ਪ੍ਰੀਤਮ ਜੀ ਨੇ ਮੈਨੂੰ ਕਾਰਖਾਨੇ 'ਤੇ ਬੁਲਾਇਆ ਅਤੇ ਉਹਨਾਂ ਦੀ ਵੱਡਾਪਣ ਸੀ ਮਿਹਰਬਾਨੀ ਉਹਨਾਂ ਦੀ ਉੱਥੇ ਮੈਂ ਜਿਸਲੇ ਦੇਖਿਆ ਅਤੇ ਇਮਰੋਜ਼ ਸਾਹਿਬ ਦੀ ਪੇਂਟਿੰਗਸ ਪਈਆਂ ਸਨ ਉਹਦੇ ਵਿੱਚ ਮੀਆਂ ਮੁਹੰਮਦ ਸਾਹਿਬ ਸਰਕਾਰ ਦਾ ਨਹੀਂ ਸੀ ਅਤੇ ਮੈਂ ਕਿਹਾ ਜਨਾਬ ਇਹ ਸਾਰੇ ਸੂਫੀਆਂ ਦੇ ਤੁਸੀਂ ਉਹ ਬਣਾਏ ਨੇ ਪੋਰਟਰੇਟ ਬਣਾਏ ਨੇ ਜਾਂ ਜੋ ਕੰਸੀਵ ਕੀਤਾ ਹੈ ਬਹੁਤ ਆਲਾ ਅਤੇ ਤੁਸੀਂ ਮੀਆਂ ਮੁਹੰਮਦ ਸਾਹਿਬ ਸਰਕਾਰ ਦਾ ਕਿਉਂ ਨਹੀਂ ਕੀਤਾ ਅਤੇ ਅਮਰਤਾ ਜੀ ਕਹਿਣ ਲੱਗੇ ਕਿ ਸ਼ੌਕਤ ਅਲੀ ਹਜ਼ਰਤ ਮੀਆਂ ਮੁਹੰਮਦ ਬਖਸ਼ ਦੀ ਇਤਲਾਹ ਤਾਂ ਤੇਰੇ ਕੋਲੋਂ ਲੱਭਦੀ ਹੈ ਪਈ ਲੋਕਾਂ ਨੂੰ ਇਹ ਮੇਰੇ ਵਾਸਤੇ ਇੱਕ ਬਹੁਤ ਬੜਾ ਆਨਰਸ ਕਿਉਂਕਿ ਮੇਰੇ ਤੋਂ ਪਹਿਲਾਂ ਲਾਲੇ ਆਲਮ ਲੋਹਾਰ ਨੇ ਵੀ ਪੜ੍ਹਿਆ ਮਗਰ ਇਸ ਤਰੀਕੇ ਦਾ ਪੜਿਆ ਕਿ ਉਹ ਪਠੋਹਾਰ ਦੇ ਇਲਾਕੇ 'ਚ ਮੈਂ ਚੂੰਕਿ ਲਾਹੌਰ 'ਚ ਬੈਠਾ ਸਾਂ ਮੈਂ ਉਹਨੂੰ ਪਹਾੜੀ 'ਚ ਛੱਡ ਕੇ ਮੈਂ ਉਹਨੂੰ ਪੈਰਵੀਂ 'ਚ ਬਣਾਇਆ ਅਤੇ ਉਹ ਇਸ ਤਰ੍ਹਾਂ ਕਰਕੇ ਉਹ ਚੂੰਕਿ ਸਾਡੇ ਪੰਜਾਬ 'ਚ ਜੀ ਪੈਰਵੀਂ ਦਾ ਰਾਜ ਹੈ ਸੁਹਾਗਣ ਸਦਾ ਸੁਹਾਗਣ ਹੈ ਅਤੇ ਉਹ ਇੱਕ ਚੂੰਕਿ ਵਿਰਾਗ ਹੈ ਉਸ ਕਲਾਮ ਦੇ ਵਿੱਚ ਫਿਰ ਤੁਸੀਂ ਪੰਜਾਬੀ ਵਾਲੇ ਪਾਸੇ ਫਿਰ ਉੱਥੋਂ ਮੈਨੂੰ ਫਿਰ ਹਿੱਲਣ ਨਹੀਂ ਦਿੱਤਾ ਪੰਜਾਬ ਨੇ ਉਹਨੇ ਕਿਹਾ ਤੂੰ ਸਾਡੀ ਖੁਸ਼ਕਿਸਮਤ ਨਹੀਂ ਜੀ ਇਹ ਮੇਰੇ ਵਾਸਤੇ ਅੱਛਾ ਹੁਣ ਜੋ ਕੁਛ ਜ਼ਿੰਦਾ ਰਹਿਣਾ ਸਾਲਾਂ 'ਚ ਕੀਤਾ ਬਹੁਤ ਕੁਛ ਕੀਤਾ ਬੜੀ ਲੰਮੀ ਚੌੜੀ ਲਿਸਟ ਹੈ ਕੀ ਤੁਸੀਂ ਉਹਨਾਂ ਸੰਤੁਸ਼ਟ ਹੋ ਸੈਟਿਸਫਾਈਡ ਹੋ ਕੁਛ ਤਾਂ ਹੈ ਜਿਸ ਕੀ ਪਰਦਾਦਾਰੀ ਹੈ ਕੁਛ ਨਾ ਕੁਛ ਤਾਂ ਕਮੀ ਹੈ ਜਿਹੜੇ ਮੈਂ ਫੀਲ ਕਰਨਾ ਉਹ ਕਦੋਂ ਹੋਵੇਗੀ ਇਸ ਜਨਮ 'ਚ ਹੋ ਜਾਏ ਅਤੇ ਉਹਦੀ ਜ਼ਿਆਦਾ ਮਗਰ ਇੱਕ ਹੈ ਕਿ ਖੁਦਾ ਤੁਹਾਨੂੰ ਸਲਾਮਤ ਰੱਖੇ ਜਿਸ ਤਰ੍ਹਾਂ ਮੈਂ ਪ੍ਰੋਗਰਾਮਾਂ 'ਚ ਦੇਖਣਾ ਲੋਕਾਂ ਦਾ ਪਿਆਰ ਦੇਖਣਾ ਅਤੇ ਮੈਂ ਯਕੀਨ ਕਰੋ ਕਿ ਤੁਹਾਡਾ ਪਿਆਰ ਹੈ ਕਿ ਮੈਂ ਇੱਥੇ ਬੈਠਾ ਹਾਂ ਵਰਨਾ ਮੈਨੂੰ ਹੁਣ ਡਰ ਲੱਗਣ ਲੱਗ ਪਿਆ ਸੀ ਕੈਨੇਡਾ ਤੋਂ ਉਸ ਵਜ੍ਹਾ ਨਾਲ ਇਹ ਕਿ ਜਿਸ ਵੇਲੇ ਮੈਂ ਟੀਵੀ 'ਤੇ ਪ੍ਰੋਗਰਾਮਸ ਦੇਖਦਾ ਸਾਂ ਜੀ ਅਤੇ ਨਵੀਂ ਨਸਲ ਨੌਜਵਾਨ ਜਿੰਨੇ ਮੇਰੇ ਛੋਟੇ ਵੀਰ ਗਾ ਰਹੇ ਨੇ ਅਤੇ ਹਿਲਜੁਲ ਹੋ ਰਹੀ ਹੈ ਅਤੇ ਮੈਂ ਡਰ ਗਿਆ ਸਾਂ ਕਿ ਹੁਣ ਪਤਾ ਨਹੀਂ ਸਾਨੂੰ ਵੀ ਕੁਛ ਕਿਸੇ ਸੁਣਨਾ ਕਿ ਤੁਹਾਨੂੰ ਸੁਣਨ ਵਾਲੇ ਹੈਗੇ ਨੇ ਦੇਖੋ ਨੱਚਣ ਟੱਪਣਾ ਆਪਣੀ ਥਾਂ ਵਕਤੀ ਗੱਲ ਹੈ ਜਿਹੜੀ ਸੋਲਿਡ ਗਾਇਕੀ ਨਾ ਜਿਹੜੀ ਜਿਹਦੀ ਪੁਖਤਗੀ ਹੈ ਜਿਸ ਗੱਲ 'ਚ ਉਹ ਹਮੇਸ਼ਾ ਅਮਰ ਰਹੇਗੀ ਅਤੇ ਇਹ ਹਾਲੇ ਤੁਸੀਂ ਦੇਖੋ ਸੁਰਿੰਦਰ ਜੀ ਤੁਸੀਂ ਉਹ ਮਸਤਾਨਾ ਜੀ ਇਹ ਪੀੜ੍ਹੀ ਜਿਹੜੀ ਹੈ ਯਮਲਾ ਜੀ ਲੋਕ ਹਾਲੇ ਵੀ ਮਾਣਦੇ ਨੇ 40 ਸਾਲ ਤੋਂ ਬਾਅਦ ਤੁਹਾਨੂੰ ਗਾਉਂਦਿਆਂ ਨੂੰ ਹੋ ਗਏ ਨੇ ਅੱਧੀ ਸਦੀ ਤੋਂ ਬਾਅਦ ਬੇਬੇ ਹੁਣੀ ਗਾ ਚੁੱਕੇ ਨੇ ਤਾਂ ਇਹ ਗੱਲਾਂ ਬਹੁਤ ਵਧੀਆ ਨੇ ਬੜੇ ਵੱਡੇ ਲੋਕ ਨੇ ਜੀ ਉਹ ਤਾਂ ਮੈਂ ਤਾਂ ਸ਼ੁਕਰ ਕਰਨਾ ਵਾ ਕਿ ਨਹੀਂ ਜੀ ਉਸ ਪੀੜ੍ਹੀ ਦਾ ਤੁਸੀਂ ਹੇਠਲਾ ਚਲਾ ਜੀ ਹੈਗੇ ਤੁਹਾਨੂੰ ਜਿੰਨਾ ਕਦਰ ਨਾ ਮੇਰਾ ਸਾਹਿਬ ਨੇ ਵਡਿਆਈਆਂ
ਮੈਂ ਗਲੀਆਂ ਦਾ ਰੂੜਾ ਕੂੜਾ ਮਹਿਲ ਚੜਾਇਆ ਸਾਈਆਂ ਮਾਲ ਸਾਹਿਬ ਅਸਲ ਬਾਤ ਇਹ ਹੀ ਹੈ ਨਾ। ਸਹੀ ਗੱਲ ਹੈ ਜਿਸ 'ਤੇ ਉਹ ਪਰ ਮੇਰਾ ਅਗਾਂਹ ਮਨ ਇਹ ਬਣਦਾ ਕਿ ਤੁਸੀਂ ਅੱਜ ਕੱਲ੍ਹ ਕੀ ਕਰ ਰਹੇ? ਅੱਜ ਕੱਲ੍ਹ ਕੰਮ ਕਰ ਰਿਹਾ ਜੀ, ਅਲਹਮਦੁਲਿਲਾ ਕੰਮ ਤਾਂ ਕਰ ਰਿਹਾ। ਹੁਣ ਮੈਂ ਆਖੋ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ। ਮੈਂ ਤਿੰਨਾਂ ਨੂੰ, ਦੋ ਨੂੰ ਮਿਲ ਚੁੱਕਾ, ਤੀਸਰੇ ਵਾਲੇ ਨਹੀਂ ਮਿਲ ਸਕੇ। ਅੱਛਾ, ਤਿੰਨਾਂ ਨੂੰ ਗਾਉਣ ਦਾ ਸ਼ੌਕ ਹੈ? ਤਿੰਨਾਂ ਨੂੰ ਗਾਉਣ ਹੈ ਜੀ। ਮੈਂ ਸੁਣਿਆ ਵੀ ਹੈ, ਬੜੀ ਸੋਲਿਡ ਵੋਇਸ ਹੈ। ਕੀ ਤੁਸੀਂ ਚਾਹੁੰਦੇ ਤੁਹਾਡੇ ਬੱਚੇ ਵੀ ਗਾਉਣ ਵਾਲੇ ਬਣ? ਮੈਂ ਚਾਹੁੰਦਾ ਕਿ ਜਿਹੜਾ ਸਾਰਿਆਂ ਤੋਂ ਛੋਟਾ ਹੈ ਨਾ ਜੀ, ਉਹ ਗਾਏ। ਅੱਛਾ, ਉਹਦਾ ਨਾਂ ਹੈ ਅਮੀਰ ਪਰੀ, ਔਰ ਇਮਰਾਨ ਤਾਂ ਆਲਰੇਡੀ ਇਸਟੈਬਲਿਸ਼ਡ ਹੈ। ਵੱਡਾ ਬੇਟਾ ਜਿਹੜਾ, ਇੱਕ ਮੇਰਾ ਬੇਟਾ ਅਲੀ ਅਬਾਸ ਜਿਵੇਂ, ਉਹ ਲੰਡਨ ਹੈ। ਉਹ ਹੁਣ ਇਹਨਾਂ ਤਿੰਨਾਂ ਦਾ ਅਜੀਬ ਜਿਹਾ ਮਾਲ ਸਾਹਿਬ ਹੈ ਕਿ ਤੁਸੀਂ ਨੋਟ ਕੀਤਾ ਹੋਣਾ, ਤੁਸੀਂ ਸਾਰੇ ਸੁਣੇ ਨੇ ਕਿ ਉਹਨਾਂ ਦੀ ਆਪਣੀ ਆਪਣੀ ਖੁਸ਼ਬੂ ਹੈ, ਕੋਈ ਕਿਸੇ ਨਾਲ ਉਹ ਨਹੀਂ ਮਿਲਦਾ। ਇੱਕ ਗਾਉਂਦਾ ਅਤੇ ਦੋ ਉਹਦੇ ਫੈਨ ਹੁੰਦੇ ਨੇ, ਉਹ ਇੱਕ ਦੂਸਰੇ ਦੇ ਫੈਨ ਨੇ। ਅਲਹਮਦੁਲਿਲਾ ਉਹਨਾਂ 'ਚ ਉਹ ਨਹੀਂ ਹੈਗਾ। ਸੁਣ ਕੇ ਅਸੀਂ ਦੋ ਜਣੇ, ਤੁਸੀਂ ਦੋਵਾਂ ਨੂੰ ਸੁਣਿਆ। ਪਰ ਜਿਸ ਲਈ ਮੈਂ ਕੀ, ਜਿਸ ਜਿਹੜੇ ਐਸਟੈਬਲਿਸ਼ ਆਰਟਿਸਟ ਨੇ, ਉਹਨਾਂ ਦਾ ਤੁਹਾਡਾ ਇੱਕ ਤਾਂ ਮੁਕਾਮ ਬਹੁਤ ਵੱਡਾ ਵਾ, ਅਤੇ ਉਹ ਇਹ ਸੱਚ ਹੈ, ਇਹ 'ਚ ਕੋਈ ਗੱਲ ਨਹੀਂ। ਅਤੇ ਬੱਚਿਆਂ ਲਈ ਕਾਫੀ ਸਟਰਗਲ ਹੀ ਹੋ ਜਾਂਦਾ ਯਾਰ ਆਪ ਚੁਣਨਾ? ਕਿਸੇ ਵੇਲੇ ਮੈਨੂੰ ਤਰਸ ਵੀ ਆਉਂਦਾ ਉਹਨਾਂ ਦਾ ਜੀ, ਇਹ ਬੜੀ ਔਖੀ ਮੰਜ਼ਿਲ ਹੈ, ਕਿਉਂਕਿ ਜਦ ਵੀ ਹੋਵੇ ਹਮੇਸ਼ਾ ਕੰਪੈਰੀਜ਼ਨ ਹੋਣਾ ਬੜਾ ਮੁਸ਼ਕਿਲ ਹੈ ਨਾ, ਬਹੁਤ ਔਖਾ ਹੋ ਜਾਂਦਾ। ਇਹ ਚਲੋ ਅਸੀਂ ਦੁਆ ਕਰਦੇ ਹਾਂ ਰੱਬ ਉਹਨਾਂ ਨੂੰ ਵਧੀਆ ਰਾਹ, ਤੁਹਾਡੇ ਜੈਸੇ ਲੋਕਾਂ ਨੂੰ ਸਾਡੇ ਸਿਰ 'ਤੇ ਸਲਾਮਤ ਰੱਖੇ, ਅਤੇ ਰੱਬ ਉਹਨਾਂ ਦੀ ਵੀ ਕਟੋ ਬਣਾ ਲਏਗਾ। ਉਹ ਨੈਚੁਰਲ ਸੈਲ ਪੱਥਰ ਮੈਂ ਜੰਤ ਪਾਇਆ ਤਾਂ ਕਰੇ ਜਿਖਾ ਕੇ ਕਰ, ਜਿੱਥੇ ਰੋਟੀ ਰੱਬ ਨੇ ਦੇਣੀ ਹੈ ਦੇਣੀ। ਦੂਸਰਾ ਇਹ ਵੀ ਉਹਨਾਂ ਨੇ ਆਪਣੀ ਇਸ ਜ਼ਮੀਨ ਦਾ ਜਿਹੜਾ ਨਾ ਜੀ ਰਿਸ਼ਤਾ, ਇਹ ਨਹੀਂ ਛੱਡਣਾ, ਸਟਾਈਲ ਨਹੀਂ ਛੱਡਣਾ, ਆਪਣਾ ਜਿਹੜਾ ਵਿਰਸਾ ਹੈ ਨਾ ਪੰਜਾਬ ਦਾ, ਜਿਹੜਾ ਮੋਹਤਬਰ ਵਿਰਸਾ ਜੀ ਜੀ, ਉਹਨੂੰ ਰੱਖਣ। ਸ਼ੌਕ ਸਰ, ਤੁਸੀਂ ਪੰਜਾਬ ਨਾਲ ਬਹੁਤ ਸਾਰੀ ਉਮਰ ਜੁੜੇ ਨੇ, ਸਭ ਕੁਝ ਛੱਡ ਕੇ, ਨਫ਼ਾ ਨੁਕਸਾਨ ਵੀ ਇੱਕ ਪਾਸੇ, ਬਸ ਇੱਕ ਮੋਹ ਹੈ ਮੈਂ ਵੇਖਿਆ। ਅੱਛਾ, ਤੁਸੀਂ ਖੁਦ ਸ਼ਾਇਰੀ ਕਰਦੇ ਹੋ, ਇਹ ਵੀ ਕਿ ਕਿਸੇ ਤੋਂ ਸਿੱਖੀਏ, ਖੁਦ ਬ ਖੁਦ ਪੈਦਾ ਹੋਈ ਜੀ? ਬਚਪਨ ਤੋਂ ਇਹ ਇਸ਼ਕ ਸੀ। ਪਹਿਲਾ ਗੀਤ ਲਿਖਿਆ ਆਪਣੀ ਮਾਂ ਦੀ ਯਾਦ ਵਿੱਚ। ਅੱਛਾ, ਮੈਂ ਬੈਠਾ ਸਾਂ, ਘਰ ਬਾਜਾ ਨਹੀਂ ਸੀ ਹੁੰਦਾ, ਕਿਤਾਬਾਂ ਹੀ ਹੁੰਦੀਆਂ ਸਨ, ਅਤੇ ਜਿਹੜੀ ਜਿਲਦ ਜ਼ਿਆਦਾ ਬੋਲਦੀ ਸੀ ਉਹਦਾ ਤਬਲਾ ਬਣਾ ਲਏ ਜਸ। ਹਾਂਜੀ, ਇੱਕ ਕੜਾ ਹੁੰਦਾ ਸੀ ਘਰ 'ਚ, ਅਤੇ ਮੰਜੀ 'ਤੇ ਕਿਤਾਬਾਂ ਖਿਲ ਰਹੀਆਂ ਹੁੰਦੀਆਂ ਸਨ, ਅਤੇ ਮੈਂ ਉਦਾਸ ਹੋ ਜਾਂਦਾ ਸਾਂ ਮਾਂ ਵਾਸਤੇ। ਅੱਜ ਵੀ ਉਦਾਸ ਹੋ ਜਾਂਦਾ ਜਦੋਂ ਗਾਣਾ ਮਾਂ ਵਾਸਤੇ ਕੋਈ ਦਿਨ, ਅਤੇ ਪਹਿਲਾ ਗਾਣਾ ਜਦੋਂ ਮੈਂ ਗਾਇਆ ਵੀ ਹੈ ਨਾ ਜੀ, ਅਤੇ ਇਸ ਤਰ੍ਹਾਂ ਚੜ ਬਣੇ ਹੈ, ਅਤੇ ਅੰਮੀ ਲਾਹੌਰ ਹੁੰਦੇ ਸਨ, ਅਤੇ ਮੈਂ ਉੱਥੇ ਮਲਕ ਔਰ ਇੱਕ ਦੋਸਤ ਦੇ ਨਾਲ ਪੜ੍ਹਦਾ ਸਾਂ, ਅਤੇ ਮੈਂ ਪਹਿਲੀ ਮੇਰੀ ਜ਼ਿੰਦਗੀ 'ਚ ਜਿਹੜੀ ਅਸਥਾਈ ਕਹੀ ਸੀ ਉਹ ਨੀ ਬਦਲੀਏ ਜਾਵੇਂ ਕਿਤੇ ਮੇਰੇ ਮਾਹੀ ਨੂੰ ਨਿਜ ਨੇ ਕੀਤਾ ਮੈਨੂੰ ਦੁਖੀ ਉਸ ਰਾਹੀ ਨੂੰ ਮੋੜ ਲਿਆ ਮੇਰੇ ਮਾਂ ਵਾਸਤੇ। ਵਾਹ ਜੀ ਵਾਹ। ਤੁਸੀਂ ਇੱਕ ਵਾਰੀ ਜ਼ਿਕਰ ਕਰ ਰਹੇ ਸੀ ਕਿ ਜੇ ਮੈਂ ਹਵਾਈ ਜਹਾਜ਼ 'ਚ ਬੈਠਾ ਹਾਂ ਤਾਂ ਹਵਾਈ ਜਹਾਜ਼ ਵਰਗੇ ਗੀਤ ਲਿਖੋ ਜਾਂਦੇ ਨੇ, ਜੇ ਬੱਸ 'ਚ ਬੈਠਾ ਹਾਂ ਤਾਂ ਉਹ ਜਿਹੇ ਹੋ ਜਾਂਦੇ ਨੇ, ਇਹਦਾ ਕੀ ਮਤਲਬ ਸੀ? ਐਟਮੋਸਫੇਅਰ, ਮਾਹੌਲ ਬੜੀ ਚੀਜ਼ ਹੈ। ਅੱਛਾ, ਤੁਸੀਂ ਅੱਛਾ ਆਰਟਿਸਟ ਨੂੰ ਮਾਹੌਲ ਦੇ ਦਿਓਗੇ ਨਾ, ਅਤੇ ਉਹ ਜ਼ਿੰਦਗੀ ਭਰ ਤੁਹਾਨੂੰ ਦੁਆਵਾਂ ਦੇਗਾ। ਹੁਣ ਤਾਂ ਅਸੀਂ ਤਰਸ ਗਏ ਹਾਂ, ਅੱਛੇ ਮਾਹੌਲ 'ਚ ਬੈਠ ਕੇ ਗਾਉਣ ਨੂੰ ਤਰਸ ਗਏ ਹਾਂ, ਸੱਚੀ ਬਾਤ ਹੈ, ਬੜੀ ਤਕਲੀਫ ਹੁੰਦੀ ਹੈ। ਅਤੇ ਉਹ ਮੈਂ ਜਹਾਜ਼ 'ਚ ਜਾ ਰਿਹਾ ਹੋਵਾਂ, ਅਤੇ ਕੋਈ ਅਸਥਾਈ ਜਿਹੜੀ ਹੈ ਨਾ ਉਹ ਜ਼ਰਾ ਉਹ ਕੋਈ ਸਫਿਸਟੀਕੇਟਡ ਜਿਹੇ ਕੋਈ ਲਫ਼ਜ਼ ਆਉਂਦੇ ਨੇ, ਜੇ ਕਿਧਰੇ ਟਾਂਗੇ 'ਤੇ ਬੈਠਾ ਹੋਵਾਂਗਾ ਜੇ ਕੋਈ ਔੜਦੀ ਹੈ, ਅਤੇ ਜੇ ਆਪਣੀ ਗੱਡੀ ਚਲਾ ਰਿਹਾ ਅਤੇ ਉੱਥੇ ਇਹ ਐਸਾ ਕੁਦਰਤ। ਦੂਸਰੀ ਗੱਲ ਇਹ ਮਾਲ ਸਾਹਿਬ, ਮੈਂ ਰਾਤੀਂ ਵੀ ਅਰਜ਼ ਕਰ ਰਿਹਾ ਸਾਂ ਕਿ ਫਨਕਾਰ ਜਿਹੜਾ ਆਰਟਿਸਟ ਹੈ ਨਾ, ਇਹ ਤਾਂ ਹੈਗਾ ਹੀ ਅਬਨੋਰਮਲ ਹੈ, ਇਹ ਲੋਕਾਂ ਨੂੰ ਨਹੀਂ ਪਤਾ ਹੈ। ਅਤੇ ਜਨਾਨੀ ਜਿਹੜੀ ਹੁੰਦੀ ਹੈ ਉਹ ਨਾਰਮਲ ਹੁੰਦੀ ਹੈ, ਉਹਨੇ ਘਰ ਦਾ ਹਿਸਾਬ ਕਿਤਾਬ ਬਹੁਤ ਵੱਡੀ ਜ਼ਿੰਮੇਦਾਰੀ ਉਹਦੀ ਵੀ। ਅਤੇ ਮੈਂ ਇੱਕ ਦਫ਼ਾ ਬੈਠਾ ਆਪਣੀ ਤੁਹਾਡੀ ਭਾਬੀ ਕੋਲ ਨਾ, ਅਤੇ ਇਸ ਤਰ੍ਹਾਂ ਬੱਦਲ ਬਣ ਗਏ, ਚੜ ਬਣ ਗਿਆ, ਬੱਚੇ ਬੈਠੇ, ਅਤੇ ਮੈਂ ਕਿਹਾ ਉਹ ਦਿਲ ਬੜਾ ਉਦਾਸ ਹੋ ਗਿਆ। ਤੂੰ ਕਹਿੰਦੀ ਮੈਂ ਬੈਠੀ ਹਾਂ, ਬੱਚੇ ਨੇ, ਸਾਰਾ ਕੁਛ ਹੈਗਾ ਆਪਣਾ ਘਰ ਜੇ, ਇਹ ਫਿਰ ਤੁਹਾਡਾ ਦਿਲ ਕਿਉਂ ਕਿਉਂ ਉਦਾਸ ਹੋ ਗਿਆ? ਮੈਂ ਕਿਹਾ ਯਾਰ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੌਸਮ ਦੀ ਬਦਲ ਤਬਦੀਲੀ। ਤੁਸੀਂ ਕਿਹੋ ਜਿਹੀ ਸ਼ਾਇਰੀ ਪਸੰਦ ਕਰਦੇ? ਮੈਂ ਉਹੋ ਜਿਹੀ ਸ਼ਾਇਰੀ ਪਸੰਦ ਕਰਨਾ ਜੀ ਜਿਹੜੀ ਤੀਰ ਵਾਂਗਰ ਵੱਜੇ, ਜਿਹਦੀ ਆਸਾਨੀ ਸਮਝ ਆ ਜਾਵੇ। ਮਸਲਨ ਕੋਈ ਦੋ ਬੋਲ ਛੇੜ। ਮਸਲਨ ਮੈਂ ਹੁਣ ਇੱਕ ਢੇਰ ਸਾਰੀਆਂ ਗੱਲਾਂ ਨੇ, ਉਹ ਕੁਛ ਮੈਨੂੰ ਵੀ ਕਹਿਣ ਦੀ ਇਜਾਜ਼ਤ ਦਿੱਤੀ ਜਾਏ। ਤੁਸੀਂ ਇਹ ਦੱਸੋ ਕਿ ਇੰਨਾ ਅੱਛਾ ਲਿਖ ਕੇ ਗਜ਼ਲ ਗੀਤ
ਗਜ਼ਲ ਬਹੁਤ ਬਹੁਤ ਆਲਾ ਲੈ ਦਿਓ ਤੁਸੀਂ ਕਿਉਂ ਨਹੀਂ ਪਏ ਐਕਚੁਅਲੀ ਮੈਂ ਸੱਚੀ ਦੱਸਾਂ ਮੇਰਾ ਪਹਿਲਾ ਫੈਸ਼ਨ ਪੋਇਟਰੀ ਮੈਂ ਖੁਦ ਲਿਖਦਾ ਹੁੰਦਾ ਛੋਟਾ ਹੁੰਦਾ ਅਤੇ ਇੱਥੇ ਵੀ ਆ ਕੇ ਕੁਛ ਚਿਰ ਲਿਖਿਆ ਪਰ ਮੈਨੂੰ ਹਾਲੇ ਕੌਣ ਮੇਰੇ ਹੱਥ ਤੁਸੀਂ ਆਏ ਹੋ ਮੈਂ ਇੱਕ ਗਜ਼ਲ ਪੇਸ਼ ਕਰਨਾ ਚਾਹੁੰਦਾ ਮੈਂ ਆਪਣੇ ਸੁਣਨ ਵਾਲਿਆਂ ਦੀ ਖਿਦਮਤ ਪੇਸ਼ ਕਰਨਾ ਇਹ ਗਜ਼ਲ ਹੈ ਜਨਾਬ ਇਕਬਾਲ ਮਹਾਲ ਸਾਹਿਬ ਦੀ ਇਹਨੂੰ ਮੈਂ ਮਾੜਾ ਜਿਹਾ ਕੋਸ਼ਿਸ਼ ਕੀਤੀ ਇੱਕ ਰਾਗ ਦਰਬਾਰੀ 'ਚ ਇਹਨੂੰ ਕੰਪੋਜ਼ ਕਰਾਂ ਉਹ ਮੈਂ ਪੇਸ਼ ਕਰਨਾ ਚਾਹਾਂ ਆਪਣੇ ਨਸੀਬ ਦੀ ਮਿੱਟੀ ਫਰੋਲਾ ਜਦ ਕਦੇ ਆਪਣੇ ਨਸੀਬ ਦੀ ਕੋਈ ਬਾਤ ਸੁਣਦਾ ਨਾਮ ਲੈ ਇਸ ਦਿਲ ਗਰੀਬ ਦੀ ਮਿੱਟੀ ਫਰੋਲਾ ਜਦ ਕਦੇ ਜਿਉਣਾ ਬਿਨਾ ਸਹੀ ਫਿਰ ਮਰਨਾ ਕਿਉਂ ਆਪ ਹੈ ਜਿਉਣਾ ਬਿਨਾ ਸਹੀ ਫਿਰ ਮਰਨਾ ਕਿਉਂ ਆਪ ਹੈ ਚਾਲ ਸਮਝਣਾ ਪਵੇ ਦੁਨੀਆ ਅਜੀਬ ਦੀ ਕੋਈ ਬਾਤ ਸੁਣਦਾ ਨਾਮ ਇਸ ਦਿਲ ਗਰੀਬ ਦੀ ਮਿੱਟੀ ਫਰੋਲਾ ਜਦ ਕਦੇ ਆਪਣੇ ਨਸੀਬ ਦੀ ਹੱਥਾਂ ਤੇ ਮਹਿੰਦੀ ਲਾ ਕੇ ਮੇਰੇ ਮਜ਼ਾਰ ਤੋਂ ਹੱਥਾਂ ਤੇ ਮਹਿੰਦੀ ਲਾ ਕੌਣ ਲੰਘ ਗਿਆ ਤੇਰੀ ਸ਼ੇਰ ਜਨਾਬ ਦਾ ਮੈਂ ਰੋ ਪਿਆ ਹੱਸ ਪਏ ਆਸ਼ਿਕ ਤੇਰੇ ਇਕਬਾਲ ਨੇ ਮਰਨਾ ਕਬੂਲਿਆ ਆਸ਼ਿਕ ਤੇਰੇ ਇਕਬਾਲ ਨੇ ਮਰਨਾ ਕਬੂਲਿਆ ਦੀਵਾਨਿਆਂ ਨੇ ਹੋਸ਼ ਦੇ ਬਹੁਤ ਬਹੁਤ ਧੰਨਵਾਦ।
ਬਚਪਨ ਤੋਂ ਸ਼ੌਕ ਰਿਹਾ ਵੈਸੇ ਲਿਖਣ ਦਾ ਤੇ ਮੈਂ ਇਕਬਾਲ ਨੂਰ ਦੇ ਨਾਲ ਲਿਖਦਾ ਰਿਹਾ। ਮਿਹਰਬਾਨੀ ਕਰੋ ਇਕਬਾਲ ਨੂਰ ਨੂੰ ਬੁਲਾ ਲਓ। ਕੋਈ ਨੀ, ਇਹ ਵੀ ਕਰਾਂਗੇ। ਹੁਣ ਮੈਨੂੰ ਇਹ ਦੱਸੋ, ਅੱਜ ਮੈਂ ਜਿਹੜਾ ਇੰਟਰਸਟਡ ਹੈ ਕਿ ਤੁਸੀਂ ਜਿਹੜਾ ਇੱਕ ਖਾਸ ਪ੍ਰੋਜੈਕਟ ਆਪਾਂ ਕਈ ਚਿਰ ਤੋਂ ਸਾਂਝਾ ਕਰਦੇ ਆ ਰਹੇ, ਉਹ ਸਾਡਾ ਇੱਕ ਵਲਵਲਾ ਸੀ ਕਿ ਸਾਡੇ ਮੁਲਕਾਂ ਵਿੱਚ ਕੋਈ ਪਿਆਰ ਮੁਹੱਬਤ ਦਾ ਗੱਲ ਵਧੇ। ਔਰ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਕਿੱਦਾਂ ਵਾਹਗਾ ਖੁੱਲ੍ਹ ਗਿਆ, ਆਉਣਾ ਜਾਣਾ, ਉਹਦੇ ਬਾਰੇ ਤੁਸੀਂ ਆਪਣੇ ਵਿਚਾਰ। ਮੈਂ ਗੁਜ਼ਾਰਿਸ਼ ਕਰਾਂਗਾ ਕਿ ਸਾਡੇ ਇੱਕ ਅੱਜ ਕੱਲ੍ਹ ਵਰਲਡ ਪੰਜਾਬੀ ਕਾਂਗਰਸ ਹੈ ਜਾਂ ਦੂਸਰੇ ਜਿਹੜੀਆਂ ਤਨਜ਼ੀਮਾਂ ਉੱਧਰੋਂ ਪੰਜਾਬ ਵੱਲੋਂ ਆਉਂਦੀਆਂ ਨੇ ਇੱਧਰੋਂ, ਇਹ ਅੱਲਾਹ ਦਾ ਕਰਮ ਹੈ ਕਿ ਅਸੀਂ ਇੱਕ ਤਾਂ ਆਪਣੇ ਤੌਰ 'ਤੇ ਹੀ ਅਸੀਂ ਤੁਰਨ ਫਿਰਨ ਵਾਲੇ ਲੋਕ ਹਾਂ, ਔਰ ਪੰਜਾਬ ਵੀ ਲੈ ਕੇ ਦੁਨੀਆ 'ਚ ਔਰ ਪੰਜਾਬ ਦਾ ਹੀ ਪ੍ਰਚਾਰ ਕਰਦੇ ਰਹੇ ਹਾਂ। ਮੇਰੇ ਇੱਕ ਪਾਕਿਸਤਾਨ ਦੇ ਇੱਕ ਬਹੁਤ ਬੜੇ ਨਾਮਵਰ ਡਰਾਮਾ ਨਿਗਾਰ ਹੋਏ ਨੇ ਨਵਾਜ਼, ਉਹਨਾਂ ਨੇ ਮੈਨੂੰ ਕਿਤਾਬ ਦਿੱਤੀ ਅਤੇ ਆਟੋਗ੍ਰਾਫ ਕਰਕੇ ਮੈਂ ਕਿਹਾ ਕੁਛ ਦੇ ਲਿਖੋ, ਅਤੇ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਨੂੰ ਆਵਾਜ਼ ਦੇ ਕੇ ਬੁਲਾਉਣਾ ਹੋਵੇ ਤਾਂ ਸ਼ੌਕਤ ਲਈ ਬੁਲਾ ਲਓ। ਮੇਰੇ ਵਾਸਤੇ ਇੱਕ ਬਹੁਤ ਬੜਾ ਆਨਰ ਸੀ। ਫਿਰ ਅੱਲਾਹ ਤੁਹਾਨੂੰ ਸਲਾਮਤ ਰੱਖੇ, ਤੁਸੀਂ ਬਹੁਤ ਨਜ਼ਰਬਾਜ਼ ਲੋਕ ਹੋ, ਤੁਸੀਂ ਦੇਖ ਰਹੇ ਹੋ, ਤੁਹਾਡੇ ਸਾਹਮਣੇ ਸਾਰਾ ਕੈਨਵਸ ਹੈ ਦੁਨੀਆ ਜਹਾਨ ਦਾ, ਕਿਹੜਾ ਕਿਹੜਾ ਬੰਦਾ ਕਿੱਥੇ ਕਿੱਥੇ ਸਟੈਂਡ ਕਰਦਾ ਪੰਜਾਬ ਵਾਸਤੇ, ਅਤੇ ਮੈਂ ਇਹਨਾਂ ਚੀਜ਼ ਦਿਆਂ ਮੇਰੀ ਵੀ ਥੋੜ੍ਹੀ ਜਿੰਨੀ ਖਿਦਮਤ ਹੈ, ਅਤੇ ਅੱਜ ਅੱਲਾਹ ਨੇ ਉਹ ਪਨੀਰੀ ਲੱਗ ਗਈ ਹੈ ਔਰ ਫਸਲਾਂ ਵੱਡੀਆਂ ਹੋ ਰਹੀਆਂ ਨੇ। ਔਰ ਮੈਂ ਅੱਜ ਵੀ ਚੰਜਨਿਆਲਵੀ ਦਾ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਇਆ ਉਹ ਸੀ ਵਾਗੇ ਦੀਏ ਸਰਹੱਦੇ ਤੈਨੂੰ ਤੱਤੀ ਵਾ ਨਾ ਲੱਗੇ, ਵਾਗੇ ਦੀਏ ਸਰਹੱਦੇ ਸੋਰੀ ਸ਼ਾਲਾ ਲੱਗਣੀ ਫੁੱਲ ਗੁਲਾਬ ਦੇ ਨੀ ਤੇਰੇ ਦੋਨੋਂ ਹੀ ਪਾਸੇ ਵਸਦੇ ਪੁੱਤ ਪੰਜਾਬ ਦੇ, ਪੁੱਤ ਪੰਜਾਬ ਦੇ ਵਾਗੇ ਦੀਏ। ਅਸੀਂ ਅੱਜ ਵੀ ਦੁਆਵਾਂ ਦੇ ਰਹੇ ਹਾਂ ਜੀ ਕਿ ਇੱਧਰ ਉੱਧਰ ਇਹ ਹੁਣ ਪਿੱਛੇ ਜਿਹਾ ਜੀ ਬਾਰੀਆਂ ਬੂਹੇ ਖੋਲ੍ਹ ਦਿਓ, ਮੈਂ ਲਾਇਆ ਆਪਣੇ ਆਪਣੇ ਘਰ ਸਦਾ ਸਲਾਮਤ ਰਹੋ ਤੁਸੀਂ, ਸਾਡੇ ਤਾਂ ਰੱਬ ਦਾ ਵਾਸਤਾ ਜੀ, ਕਿਧਰੇ ਵੀਜ਼ਾ ਅਤੇ ਕਿਧਰੇ ਜੁਦਾਈ ਮਾਰੇ, ਕਿੱਡਾ ਜ਼ੁਲਮ ਹੈ ਯਾਰ ਇਨਸਾਨ ਉੱਤੇ, ਸ਼ੌਕਤ ਯਾਰ ਵਿਛੋੜੇ ਦਾ ਸੜੇ ਬੂਟਾ, ਕੱਖ ਕੰਡਾ ਨਾ ਰਵੇ ਸੁਜਾਨ ਉੱਤੇ ਵਿਛੋੜਿਆਂ ਦਾ ਘਰ। ਮੈਂ ਇੱਕ ਵਾਰੀ ਹਵਾਈ ਜਹਾਜ਼ 'ਚ ਆ ਰਿਹਾ ਸੀ ਜੀ ਪਿਛਲੇ ਸਾਲ ਇੰਡੀਆ ਤੋਂ, ਇੱਕ ਨੌਜਵਾਨ ਨੇ ਮੇਰਾ ਹੱਥ ਫੜ ਕੇ ਕਿਹਾ, ਕਹਿੰਦੇ ਭਾਅ ਜੀ ਵੀ ਤੁਸੀਂ ਇੱਕ ਵਾਰੀ ਸ਼ੌਕ ਸਾਹਿਬ ਦਾ ਗਾਣਾ ਲਾਇਆ ਸੀ, ਅਸੀਂ ਤਾਂ ਪਹਿਲੀ ਵਾਰ ਵਿਛੜੇ, ਕਹਿੰਦੇ ਜੀ ਤੁਸੀਂ ਜਾ ਕੇ ਦੁਬਾਰਾ ਲਾ ਦੋਗੇ, ਮੈਂ ਵੀ ਸੁਣਨਾ ਚਾਹੁੰਦਾ। ਮੈਂ ਉਹਨੂੰ ਪੁੱਛਿਆ ਕੀ ਗੱਲ, ਦੱਸਿਆ ਕਿਉਂ, ਕਹਿੰਦੇ ਜੀ ਮੇਰਾ ਹੁਣੇ ਤਾਜ਼ਾ ਵਿਆਹ ਹੋਇਆ ਅਤੇ ਮੈਂ ਪਹਿਲੀ ਵਾਰ ਵਿਛੜੇ, ਉਹਦੀ ਅੱਖਾਂ 'ਚ ਅੱਥਰੂ ਆ ਗਏ। ਬਿਲਕੁਲ ਜੀ, ਵਰਨਾ ਇਹ ਧਰਤੀ 'ਤੇ ਇਹ ਗੱਲ ਨਹੀਂ ਜੀ, ਇਹ ਉਹ ਗੀਤ ਦੀ ਵੀ ਔਰ ਤੁਹਾਡੀ ਗਾਣੇ 'ਚ ਵੀ ਬੜੀ ਗੱਲ, ਤੁਸੀਂ ਜੋ ਕੁਛ ਵੀ ਕਰ ਰਹੇ ਹੋ ਪੰਜਾਬ ਦੀ ਬਿਹਤਰੀ ਲਈ ਕੀਤਾ, ਔਰ ਆਉਣ ਵਾਲੀਆਂ ਨਸਲਾਂ ਵੀ ਇਸ ਚੀਜ਼ ਨੂੰ ਯਾਦ ਰੱਖਣਗੀਆਂ ਕਿ ਸ਼ੌਕਤ ਅਲੀ ਸਾਹਿਬ ਦੀ ਇਹ ਵਡਮੁੱਲੀ ਦੇਣ ਕਿਸ ਤਰ੍ਹਾਂ ਕਿਸ ਤਰ੍ਹਾਂ। ਅੱਛਾ ਹੁਣ ਤੁਹਾਡੀ ਬੜੀਆਂ ਚੀਜ਼ਾਂ ਸਾਂਭੀਆਂ ਨੇ ਲੋਕ ਵਿਰਸੇ ਵਾਲੇ ਨੇ, ਤੁਹਾਡੇ ਕਲਾਮ ਵੀ, ਤੁਹਾਡੀ ਵੀਡੀਓ ਵੀ, ਬੜਾ ਅੱਛਾ ਕੰਮ ਕੀਤਾ। ਮੈਂ ਅੱਗੇ ਇੱਕ ਗੱਲ ਕਰਨਾ ਹੁੰਦਾ ਕਿਸੇ ਵੇਲੇ ਨਾ ਉੱਥੇ ਲਾਹੌਰ 'ਚ ਵੀ ਬੈਠ ਕੇ, ਮੈਂ ਕਹਿੰਦਾ ਯਾਰ ਮਰਨਾ ਹੱਕ ਦਾ ਰਾਹ ਹੈ, ਮਰ ਜਾਣਾ ਕੋਈ ਨਵੀਂ ਗੱਲ ਨਹੀਂ, ਮੈਂ ਵੀ ਮਰਨਾ ਹੈ, ਅਤੇ ਮੈਂ ਕਿਹਾ ਮੈਨੂੰ ਲੋਕਾਂ ਨੇ ਲੱਭਣ ਜਾ ਕੇ ਇਕਬਾਲ ਮਾਲ ਦੀ ਲਾਇਬ੍ਰੇਰੀ 'ਚੋਂ। ਮੈਨੂੰ ਜੀ ਕੋਈ ਸੁਰੀਲੀ ਗੱਲ ਹੋਵੇ, ਦੇਖੋ ਇਹ ਸਹੀ ਹੈ ਕਿ ਆਪਣਾ ਰਿਸ਼ਤਾ ਹੋਰ ਡਿਵੈਲਪ ਹੋ ਗਿਆ, ਆਰਟਿਸਟਾਂ ਨੂੰ ਦੇਖਿਆ ਉੱਥੇ ਹਰ ਆਰਟਿਸਟ ਨਾਲ, ਤੁਹਾਡਾ ਉਹਦੇ ਨਾਲ ਜਿਹੜੀ ਤੁਹਾਡੇ 'ਚ ਨਾ ਜਿਹੜੀ ਅਸਲੀ ਜੈਨੂਅਨ ਗੱਲ ਹੈ ਗਾਇਕੀ ਵਿੱਚ ਵੀ ਲਿਖਣ 'ਚ ਵੀ ਮੈਨੂੰ ਬਹੁਤ ਪਸੰਦ ਹੈ, ਇਹ ਤਾਂ ਮੈਂ ਕਹਾਂ। ਬਾਕੀ ਤਾਂ ਸਾਡਾ ਪਰਸਨਲ ਰਿਸ਼ਤਾ, ਉਹ ਤਾਂ ਮੇਰੇ ਖਿਆਲ ਸਾਰਾ ਜਗ ਜਾਣਾ। ਸਲਾਮਤ ਰੱਖ। ਇੱਕ ਮੈਂ ਭਾਅ ਜੀ ਰਿਕਾਰਡਿੰਗ ਕਰਕੇ ਆਇਆ ਵਾਂ ਐਸ ਐਮ ਸਾਧਕ ਸਾਡੇ ਇੱਥੇ ਸ਼ਾਇਰ, ਬਹੁਤ ਵਧੀਆ ਤੁਹਾਡੇ, ਤੁਸੀਂ ਉਹਨਾਂ ਦੇ ਗੀਤ, ਉਹਨਾਂ ਦਾ ਇੱਕ ਮੈਂ ਗੀਤ ਅਸਥਾਈ ਅੰਤਰਾ ਸੁਣਾਉਣਾ ਜੀ। ਕੋਲ ਮੇਰੇ ਬੈਠਾ ਸੀ, ਕੋਲ ਮੇਰੇ ਬੈਠਾ ਸੀ, ਕਿੰਨਾ ਹਰ ਜਾਈਏ ਉਹ ਜਿਹਨੂੰ ਸਾਡੇ ਰੋਣ ਦੀ ਆਵਾਜ਼ ਵੀ ਨਾ ਆਏ। ਕੋਲ ਮੇਰੇ ਬੈਠਾ ਸੀ, ਦੱਸੀਏ ਕੀ ਅਸੀਂ ਕਿੰਨਾ
ਸੋਚਾਂ ਵਿੱਚ ਮੈਂ ਅਸੀਂ ਤੇ ਸ਼ਰੀਕਾਂ ਵਿੱਚ ਤੱਕਦੇ ਨਾ ਰਹੇ ਕੱਲ ਉਹਨੇ ਗੈਰ ਨਾਲ ਮੁੰਦਰੀ ਵਟਾਈ ਜਿਹਨੂੰ ਸਾਡੇ ਰੋਣ ਦੀ ਆਵਾਜ਼ ਵੀ ਮਾਈ। ਸ਼ੌਕਤ ਸਾਹਿਬ, ਜਦ ਤੁਸੀਂ ਉਦਾਸ ਹੁੰਦੇ ਹੋ ਤੇ ਉਹ ਪਲ ਕਿਸ ਤਰ੍ਹਾਂ ਗੁਜ਼ਾਰਦੇ? ਉਹ ਕਿਆਮਤ ਦਾ ਪਲ ਜਿਹੜਾ ਜੀ, ਇਹ ਬੜਾ ਵੱਡਾ ਸਹਾਰਾ ਜੀ। ਵਾਜਾ ਲੈ ਕੇ ਆਪਣੇ ਘਰ, ਵਾਜਾ ਲੈ ਕੇ ਮੈਂ ਇਕੱਲਾ ਬਹਿ ਜਾਂਦਾ ਜੀ। ਮੈਂ ਸਾਰਾ ਸਾਰਾ ਵਾਜੇ ਵਾਲਾ ਵੀ ਵੇਖਿਆ, ਤੁਸੀਂ ਵੇਖ ਲਿਆ ਲਾਹੌਰ, ਔਰ ਅੱਲਾ ਤੁਹਾਨੂੰ ਸਲਾਮਤ ਰੱਖੇ। ਅੱਛਾ, ਇਹਦੇ ਨਾਲੋਂ ਬਿਹਤਰੀਨ ਦੋਸਤ, ਇਹਦੇ ਨਾਲੋਂ ਬਿਹਤਰੀਨ ਸਾਥੀ ਕੁਝ? ਜੋ ਕੁਛ ਵੀ ਤੁਸੀਂ ਅਚੀਵ ਕਰ ਚੁੱਕੇ ਹੋ ਅਤੇ ਆਉਣ ਵਾਲੇ ਸਮੇਂ 'ਚ ਕੀ ਤੁਹਾਡੇ ਗੋਲਸ ਨੇ? ਕੋਈ ਹੈ ਮਨ 'ਚ ਕੋਈ ਆਹ ਵੀ ਕਰ ਲਵਾਂ ਸ਼ੌਕਤ, ਆਹ ਵੀ ਕਰ ਲਵਾਂ? ਮੇਰਾ ਮਤਲਬ ਗਾਇਕੀ ਦੇ ਪੱਖੋਂ ਜੀ ਜੀ, ਮੈਂ ਐਸਾ ਬਲਬਲਾ ਹੁੰਦਾ ਨਾ ਵੀ ਮੈਂ, ਇੱਕ ਤਾਂ ਤੁਸੀਂ ਇੱਕ ਚੰਗਾ ਕੰਮ ਕੀਤਾ, ਉਹ ਇਹ ਕੰਮ ਚੰਗਾ ਕੀਤਾ ਕਿ ਤੁਸੀਂ ਆਪਣੀ ਲਿਖਤਾਂ ਨੂੰ ਕਿਤਾਬ ਦੀ ਸ਼ਕਲ 'ਚ ਬਣਾ ਦਿੱਤਾ ਕਿ ਇਹ ਹੁਣ ਦਿਖਾਓ ਜੀ, ਤੁਸੀਂ ਪਛਾਣੀ ਹੁਣ ਇਹ ਜਨਾਬ? ਬੜੀ ਖੂਬਸੂਰਤ ਕਿਤਾਬ ਹੈ, ਹੰਝੂਆਂ ਦੇ ਆਲਣੇ ਇਹਦਾ ਨਾਮ ਹੈ ਜੀ, ਅਤੇ ਇਹ ਅੱਲਾ ਕਰੇ ਹੁਣ ਪੰਜਾਬੀ 'ਚ ਇਹ ਜੀ ਹੁਣ ਸ਼ਾਹਮੁਖੀ 'ਚ ਹੈ ਤਾਂ ਪੰਜਾਬੀ ਦੀ, ਪਰ ਇਹ ਗੁਰਮੁਖੀ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬ, ਇਹਦੇ ਪੰਜਾਬ 'ਚ ਵੀ ਇਹ ਛਪੇਗੀ ਅਤੇ ਨੈਚੁਰਲੀ ਜਦ ਵੀ ਛਪੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ। ਤੁਹਾਡੀ ਬਹੁਤ ਵਧਾਈ, ਅੱਲਾ ਸਲਾਮਤ ਰੱਖੇ ਜੀ, ਬੜੀ ਮਿਹਰਬਾਨੀ। ਮੈਂ ਗੱਲ ਕਰ ਰਿਹਾ ਸਾਂ ਕਿ ਗਾਣੇ ਦੀ ਗੱਲ ਹੋ ਰਹੀ ਸੀ ਅਤੇ ਹੁਣ 9ਵੀਂ 'ਚ ਪੜ੍ਹਦਾ ਸਾਂ ਜੀ, ਅਤੇ ਮੈਂ ਦਰਬਾਰ 'ਤੇ ਜਾ ਕੇ ਦਾਤਾ ਸਾਹਿਬ ਜੀ, ਅਤੇ ਮੈਂ ਮੇਰਾ ਆਵਾਜ਼ ਜਿਹੜਾ ਸੀ ਨਾ ਉਹ ਆਉਂਦਾ ਜੀ, ਕੰਢੀ 'ਚ ਆ ਜਾਂਦਾ, ਇੱਕ ਸਟੇਜ ਹੁੰਦੀ ਹੈ 13-14 ਸਾਲ ਦੇ ਬੱਚੇ ਦੀ, ਅਤੇ ਮੈਂ ਕਹਾਂ ਰੱਬਾ ਮੇਰੀ ਇਹ ਆਵਾਜ਼ ਠੀਕ ਕਰ ਦੇ, ਮੌਲਾ ਮੈਨੂੰ ਫੇਲ ਕਰ ਦੇ ਨਾ, ਇਹਦੇ 'ਚ ਫੇਲ ਨਾ ਕਰੇ ਜੀ। ਅਤੇ ਇਹ ਇੱਕ ਆਰਜ਼ੂ ਸੀ ਕਿ ਉੱਠਦੇ ਨਹੀਂ ਹੈ ਹਾਥ ਮੇਰੇ ਇਸ ਦੁਆ ਕੇ ਬਾਅਦ, ਪਰ ਇੱਕ ਇਹੋ ਜਿਹੀ ਗੱਲ ਕਰਨਾ ਚਾਹੁੰਦਾ ਜੀ ਕਿ ਕੁਛ ਕਰਨਾ ਚਾਹੁੰਦਾ ਜਿਹਦੇ 'ਚ ਮੈਨੂੰ ਲੋਕ ਯਾਦ ਰੱਖਣ, ਦੁਨੀਆ ਯਾਦ। ਹੁਣ ਯਾਦ ਰੱਖਣ ਦੀ ਤੁਸੀਂ ਗੱਲ ਕਹੀ ਹੈ, ਅਸੀਂ ਸਾਰੇ ਆਪਾਂ ਸਾਰੇ ਇੱਕ ਦਿਨ ਟੁੱਟ ਜਾਣਾ ਧਰਤੀ ਤੋਂ, ਇੱਥੇ ਕੋਈ 100 ਸਾਲ ਤੋਂ ਵੱਧ ਤਾਂ ਜੀਂਦਾ ਨਹੀਂ। ਪਰਮਾਤਮਾ ਕਰੇ ਤੁਹਾਡੀ ਆਯੂ ਲੰਬੀ ਹੋਵੇ, ਦੁਆ ਕਰ ਤੰਦਰੁਸਤੀ ਹੋ। ਪਰ ਜਦ ਵੀ ਕਦੀ ਬੰਦਾ ਜਾਂਦਾ, ਉਹਦੀ ਤਮੰਨਾ ਹੁੰਦੀ, ਹਸਰਤ ਹੁੰਦੀ ਹੈ ਵੀ ਹੋ ਮੈਨੂੰ ਕਿਸ ਤਰ੍ਹਾਂ ਲੋਕ ਯਾਦ ਕਰ। ਤੁਸੀਂ ਸਮਝਦੇ ਹੋ ਸ਼ੌਕਤ ਨੂੰ ਕਿੱਦਾਂ ਦੁਨੀਆ ਯਾਦ ਕਰੇ? ਕਿਧਰੇ ਨਾ ਕਿਧਰੇ ਤਾਂ ਯਾਦ ਕਰਨਗੇ ਜੀ ਲੋਕ। ਕਿਵੇਂ ਯਾਦ ਕਰਨਗੇ, ਕਿਉਂ ਯਾਦ ਕਰਨਗੇ? ਬੜਾ ਮੈਂ ਸੌਰੀ ਹਾਂ ਤੁਹਾਨੂੰ, ਬੜੇ ਮੇਰੇ ਮੁਕਾਮ 'ਚ ਲੈ ਕੇ ਗੁਜ਼ਾਰਿਸ਼ ਵੇਖ ਕੇ, ਮੈਂ ਮੁਹੰਮਦ ਰਫੀ ਸਾਹਿਬ ਦੀ ਗੱਡੀ 'ਚ ਆਪਣੀ ਕੈਸਟ ਦੇਖੀ ਜੀ। ਉਹਨਾਂ ਦੇ ਬੇਟੇ ਨੇ ਦੱਸਿਆ ਕਿ ਲੰਡਨ ਤੋਂ ਬ੍ਰੈਡਫੋਰਡ ਤੱਕ ਡੈਡੀ ਤੁਹਾਡੇ ਗਾਣੇ ਸੁਣਦੇ ਆ ਰਹੇ ਨੇ, ਅਤੇ ਫਿਰ ਅਸੀਂ ਡਿਨਰ 'ਤੇ ਵੀ ਇਕੱਠੇ ਹੋਏ ਹਾਂ ਅਤੇ ਉਹਨਾਂ ਨੇ ਰਫੀ ਸਾਹਿਬ ਦੇ ਗਾਣੇ, ਮੈਂ ਰਫੀ ਸਾਹਿਬ ਦੇ ਨਾਲ, ਅਤੇ ਉਹ ਖਾਣੇ ਦੀ ਟੇਬਲ 'ਤੇ ਬੈਠੇ ਸਨ ਅਤੇ ਮੈਨੂੰ ਦੇਖ ਕੇ ਤਾਂ ਉੱਠੇ ਨਾ, ਅਤੇ ਉੱਠਿਆ ਨਾ ਗਿਆ, ਅਤੇ ਮੈਂ ਇਸ ਤਰ੍ਹਾਂ ਪੈਰ ਫੜ ਕੇ ਮੈਂ ਥੱਲੇ ਕੀਤਾ, ਮੈਂ ਕਿਹਾ ਬੈਠੋ, ਅਤੇ ਕਹਿੰਦੇ ਨੇ ਖਾਂ ਸਾਹਿਬ ਗੁਨਾਹਗਾਰ ਨਾ ਕਰੋ। ਮੈਂ ਕਿਹਾ ਜੀ ਪੁੱਤਰ ਕਹੋ, ਬੱਚੇ ਮੈਂ ਤਾਂ ਪੁੱਤਰ ਹਾਂ ਤੁਹਾਡਾ, ਬੱਚਾ ਤੁਹਾਡਾ, ਤੁਹਾਨੂੰ ਸੁਣ ਸੁਣ ਕੇ ਤਾਂ ਅਸੀਂ ਇੱਥੇ। ਅਤੇ ਮੈਨੂੰ ਫਿਰ ਉਹਨਾਂ ਦੀ ਬੀਵੀ ਨੇ ਵੀ, ਉਹਨਾਂ ਦੇ ਬੇਟੇ ਨੇ ਵੀ ਕਿਹਾ ਕਿ ਉਹ ਦੇਖੋ ਕੈਸਟ ਤੁਹਾਡਾ ਪੂਰੇ ਲੰਡਨ ਦੇ ਆਲੇ ਸਾਰੇ ਰਸਤੇ ਤੁਹਾਨੂੰ, ਅਤੇ ਇਹ ਉਹਦਾ ਕਰਮ ਹੈ ਉਸ ਪਾਕ ਦਾ। ਤੁਸੀਂ ਇਹ ਸਭ ਮਹਿਸੂਸ ਕਰਦੇ ਹੋ ਕਿ ਜੋ ਕੁਝ ਤੁਸੀਂ ਕੀਤਾ ਜਾਂ ਦਿੱਤਾ ਸਾਨੂੰ, ਉਹਦੀ ਬਦੌਲਤ ਲੋਕ ਤੁਹਾਨੂੰ ਯਾਦ? ਸ਼ੁਕਰ ਅਲਹਮਦੁਲਿਲਾ, ਸ਼ੁਕਰ। ਸਾਡੇ ਪ੍ਰੋਗਰਾਮ ਦੇ ਕਾਫੀ ਅਸੀਂ ਤੁਹਾਡਾ ਸਮਾਂ ਲੈ ਲਏ, ਸਾਡੀ ਗੱਲਾਂ ਤਾਂ 3 ਦਿਨ ਹੀ ਮੁੱਕਣੀ, ਸਾਰੀ ਉਮਰ। ਮਾਲ ਸਾਹਿਬ, ਅਗਰ ਮੈਂ ਤੁਹਾਡੇ ਕੋਲ ਬੈਠਾ ਹੋਵਾਂ ਨਾ, ਅਤੇ ਜਿੰਨਾ ਚਿਰ ਮੇਰੀ ਫਲਾਈਟ ਵਾਪਸੀ ਦੀ ਤਿਆਰ ਨਹੀਂ ਹੋਣੀ, ਮੈਂ ਤੁਹਾਡੇ ਕੋਲ ਬੈਠ ਕੇ ਇੰਨਾ ਕੁ ਲੁਤਫ ਆਉਂਦਾ ਹੈ ਕਿ ਤੁਸੀਂ ਉਹ ਭਲੇ ਲੋਕ ਹੋ, ਔਰ ਇੱਕ ਵਕਤ ਮੈਂ ਹੀ ਨਹੀਂ ਲੋਕ ਵੀ ਦੀਵਾਨੇ ਹੈ, ਤੁਹਾਨੂੰ ਹੋਰ ਵੀ ਦੁਨੀਆ ਬੜੀਆਂ ਦੁਆਵਾਂ ਦਿੰਦੀ ਹੈ, ਔਰ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਰਹੇ, ਤੁਹਾਨੂੰ ਜ਼ਿੰਦਗੀ ਰੱਖੇ ਪਾਕ ਪਰਵਰਦਿਗਾਰ। ਉਹ ਮੇਰੀ ਭੈਣ ਜਿਹੜੀ ਨਾਲ ਕੰਮ ਕਰਦੀ ਹੈ, ਬੇਟੀ ਮੇਰੀ, ਮੇਰੀ ਭਤੀਜੀ ਨਤਾਸ਼ਾ ਨੂੰ ਅੱਲਾ ਸਭ ਪਰਿਵਾਰ ਨੂੰ ਸਲਾਮਤ ਰੱਖੇ, ਔਰ ਜਿੰਨੇ ਲੋਕ ਤੁਸੀਂ ਇਸ ਵੇਲੇ ਇਹ ਪ੍ਰੋਗਰਾਮ ਦੇਖ ਰਹੇ ਹੋ, ਰੱਬ ਕਰੇ ਤੁਹਾਨੂੰ ਖੁਸ਼ੀਆਂ, ਸੱਚੀਆਂ ਖੁਸ਼ੀਆਂ ਨਸੀਬ ਹੋਣ, ਔਰ ਤੁਸੀਂ ਸਦਾ ਹੱਸਦੇ ਵਸਦੇ ਰਹੋ। ਮਿਹਰਬਾਨੀ ਜੀ, ਥੈਂਕ ਯੂ ਭਾਅ ਜੀ, ਥੈਂਕ ਯੂ ਸਰ।